ਕਹਿਣਾ ਹੈ ਉਹ ਗੱਲ ਇਹ ਆ ਇਹ ਉਹ ਤਾਂ ਹੁਣ ਆਪੇ ਭੱਜ ਰਿਹਾ ਉਸ ਬਿਆਨ ਤੋਂ ਇਹ ਇੱਕ ਵਕਤੀ ਮੌਕਾ ਪ੍ਰਸਤੀ ਦੀ ਰਾਜਨੀਤੀ ਜਿਹੜੀ ਆ ਉਹ ਚੰਗੀ ਨਹੀਂ ਹੁੰਦੀ ਇੱਕ ਪਾਸੇ ਤਾਂ ਖਹਿਰਾ ਸਾਹਿਬ ਵੀ ਕੇਜਰੀਵਾਲ ਸਾਹਿਬ ਵੀ ਉਸੇ ਵਿਧਾਨ ਦੇ ਤਹਿਤ ਚੋਣਾਂ ਲੜਦੇ ਨੇ ਉਸੇ ਵਿਧਾਨ ਦੇ ਤਹਿਤ ਸਹੂਲਤਾਂ ਹਾਸਲ ਕਰ ਰਹੇ ਨੇ ਦੂਜੇ ਪਾਸੇ ਕੋਈ ਹੋਰ ਬੋਲੀ ਬੋਲ ਰਹੇ ਨੇ ਉਹਨਾਂ ਨੂੰ ਆਪਣੀ ਸਥਿਤੀ ਮਤਲਬ ਸਪਸ਼ਟ ਕਰ ਦੇਣੀ ਚਾਹੀਦੀ ਹੈ ਵੀ ਉਹ ਕਿਸ ਪਾਸੇ ਨੇ ਕੀ ਉਹ ਚਾਹੁੰਦੇ ਨੇ ਖਹਿਰਾ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਹੈ ਉਹਨਾਂ ਨੇ 1984 ਦੇ ਵਿੱਚ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਤਾਂ ਹੀ ਸ਼ਾਇਦ ਰੈਫਰੈਂਡਮ 2020 ਦੀ ਗੱਲ ਉੱਠੀ ਇੰਨਾ ਸਹਿਮਤ ਹੋ ਤੁਸੀਂ ਇਹ ਉਹ ਆਪੇ ਸਹਿਮਤ ਨੇ ਇਹਨਾਂ ਗੱਲਾਂ ਨਾਲ ਜਿਹੜਾ ਖਹਿਰਾ ਪਰਸੋਂ ਕਹਿੰਦਾ ਸੀ ਅੱਜ ਨਹੀਂ ਕਹਿ ਰਿਹਾ ਖਹਿਰਾ ਸਾਹਿਬ ਤਾਂ ਇੱਕ ਮਤਲਬ ਪਰਚੁਲਿਜ਼ਮ ਦੀ ਰਾਜਨੀਤੀ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਆਪਣਾ ਸਟੈਂਡ ਸਪਸ਼ਟ ਕਰ ਦੇਣਾ ਚਾਹੀਦਾ ਵੀ ਕੀ ਸੁਣਾਓ ਕੀ ਸੋਚਦੇ ਠੀਕ ਹੈ ਸਰ